ਬਿਸਮਿਲ੍ਲਾਹਿਰਹਮਾਨਿਰਹੀਮ ਅਸਲਾਮੁ ਅਲੈਕੁਮ ਵੀਵਰਸ ਕੀ ਹਾਲ ਨੇ ਮੀਦੇ ਸਾਰੇ ਠੀਕ ਹੋਣਗੇ ਅੱਲਾਹ ਤਾਲਾ ਸਾਰਿਆਂ ਨੂੰ ਆਪਣੇ ਘਰਾਂ ਚ ਖੁਸ਼ ਰੱਖੇ ਆਬਾਦ ਰੱਖੇ ਆਮੀਨ ਸੁਮ ਆਮੀਨ ਜਿਹੜੇ ਵੀਵਰਸ ਦੇਖੋ ਇੱਥੇ ਬੜੇ ਵੀ ਮਜ਼ੇਦਾਰ ਜੇ ਕੱਦੂ ਦੀ ਸਬਜ਼ੀ ਤਿਆਰ ਕੀਤੀ ਹੈ ਜਿਹੜੇ ਬੱਚੇ ਸਬਜ਼ੀ ਨਹੀਂ ਖਾਂਦੇ ਕੱਦੂ ਦੀ ਜਾਂ ਵੱਡੇ ਨਹੀਂ ਖਾਂਦੇ ਜੇ ਤੁਸੀਂ ਐਸੀ ਰੈਸਪੀ ਦੇ ਨਾਲ ਸਟੈਪ ਬਾਈ ਸਟੈਪ ਇਹਨੂੰ ਫੋਲੋ ਕਰਕੇ ਬਣਾਓਗੇ ਤੇ ਤੁਹਾਡੇ ਘਰ ਚ ਸਾਰੇ ਕੱਦੂ ਖਾਣਾ ਸ਼ੁਰੂ ਹੋ ਜਾਣਗੇ ਜਿਹੜੇ ਨਹੀਂ ਖਾਂਦੇ ਉਹ ਵੀ ਖਾਣਗੇ ਤੇ ਜਿਹੜੇ ਪਹਿਲੇ ਖਾਂਦੇ ਆ ਉਹ ਫਿਰ ਦਿੱਲੀ ਤੁਹਾਨੂੰ ਫਰਮਾਇਸ਼ ਕਰਨਗੇ ਕਿ ਇਸ ਤਰੀਕੇ ਨਾਲ ਕद्दू ਬਣਾਓ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਇਆ ਹੈ ਇਹਦੇ ਵਾਸਤੇ ਤੁਹਾਨੂੰ ਵੀਡੀਓ ਫੁੱਲ ਦੇਖਣੀ ਪੈਣੀ ਹੈ ਚਲੋ ਦੇਖਦੇ ਹਾਂ ਕਿ ਆਪਾਂ ਇਹਨਾਂ ਨੂੰ ਕਿਸ ਤਰੀਕੇ ਨਾਲ ਬਣਾਇਆ ਬਿਸਮਿਲ੍ਲਾਹਿ ਰਹਿਮਨ ਰਹਿੀਮ ਇਹ ਦੇਖੋ ਸਭ ਤੋਂ ਪਹਿਲੇ ਕद्दू ਮੈਂ ਕੱਟ ਲਿਆ ਕद्दू ਬਹੁਤ ਜ਼ਿਆਦਾ ਮੋਟਾ ਨਹੀਂ ਤੁਸੀਂ ਕੱਟਣਾ ਇਹਨੂੰ ਥੋੜਾ ਬਾਰੀਕ ਹੀ ਕੱਟਣਾ ਵਾ ਨਾ ਬਿਲਕੁਲ ਬਾਰੀਕ ਵੀ ਨਹੀਂ ਕੱਟਣਾ ਹੈ ਦੇਖੋ ਇਸ ਤਰ੍ਹਾਂ ਬਸ ਇਨਕ ਤੁਸੀਂ ਇਹਨੂੰ ਕੱਟ ਲੈਣਾ ਵਾ ਤੇ ਇਸ ਤੋਂ ਬਾਅਦ ਇਹਦੇ ਵਿੱਚ ਅੱਧਾ ਚਮਚ ਤੋਂ ਥੋੜਾ ਜਿਹਾ ਘੱਮ ਤੇ 1/4 ਤੋਂ ਜ਼ਿਆਦਾ ਲਸਣ ਦਾ ਪਾਊਡਰ ਲਾ ਦਿੱਤਾ ਵਾ ਤੇ तकरीबन ਉਨਾ ਹੀ ਲਾਦਾ ਅਦਰਕ ਦਾ ਪਾਊਡਰ ਸ਼ਾਮਿਲ ਕਰ ਦਿੱਤਾ ਵਾ ਅੱਧਾ ਚਮਚ ਹਲਦੀ ਦਾ ਪਾ ਦਿੱਤਾ ਵਾ ਅੱਧਾ ਚਮਚ ਸੂਰਖ ਮਿਰਚਾਂ ਦਾ ਸ਼ਾਮਿਲ ਕਰ ਦਿੱਤਾ ਇਹਨੂੰ ਕਰਾਂਗੇ ਮਿਕਸ ਅੱਛਾ ਜਿਹਾ ਇੱਥੇ ਦੇਵਤ ਸੀਕ੍ਰੀਟ ਇਨਗਰੀਡੀਅੰਟ ਵੀ ਪਾਵਾਂਗੇ ਤੇ ਉਹਦੇ ਵਾਸਤੇ ਤੁਸੀਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਅੱਧਾ ਚਮਚ ਨਮਕ ਦਾ ਸ਼ਾਮਿਲ ਕਰ ਦਿੱਤਾ ਤੇ ਅچھے ਤਰੀਕੇ ਦੇ ਨਾਲ ਇਹਨੂੰ ਮੈਰੀਨੇਟ ਕਰਕੇ ਤੇ ਇਹਨੂੰ ਆਪਾਂ ਰੱਖ ਦਿਆਂਗੇ ਤੇ तकरीबन 3-4 ਚੁਟਕੀਆਂ ਤੇ ਚਮਚ ਤੋਂ ਘੱਟ ਮੈਂ ਇਹਨਾਂ ਵਿੱਚ ਚੀਨੀ ਸ਼ਾਮਲ ਕੀਤੀ ਹੈ ਚੀਨੀ ਦੇ ਨਾਲ ਇਹਦਾ ਕਲਰ ਜਿਹੜਾ ਵਾ ਉਹ ਖਰਾਬ ਨਹੀਂ ਹੋਏਗਾ ਬਹੁਤ ਹੀ ਜ਼ਬਰਦਸਤ ਕਲਰ ਰਹੇਗਾ ਸਬਜ਼ੀ ਦਾ ਤੁਸੀਂ ਪਾਣਾ ਚਾਹੋ ਤੇ ਪਾ ਲਓ ਨਹੀਂ ਪਾਣਾ ਚਾਹੋ ਤੇ ਤੁਹਾਡੀ ਮਰਜ਼ੀ ਹੈ ਆਪਸ਼ਨਲ ਹੈ ਤੇ ਇਹ ਹੁਣ ਆਪਾਂ ghee ਗਰਮ ਕਰ ਲਿਆ ਇੱਕ ਲੌਂਗ ਪਾ ਦਿੱਤਾ ਵਾ ਇੱਕ ਇਲਾਇਚੀ ਪਾ ਦਿੱਤੀ ਆ ਇੱਕ ਛੋਟੀ ਇਲਾਇਚੀ ਪਾਈ ਹੈ ਦੋ ਲੌਂਗਾਂ ਇੱਕ ਵੱਡੀ ਇਲਾਇਚੀ ਤੇ ਛੋਟਾ ਜਾਂ ਤੇਜ ਪੱਤਾ ਪਾ ਦਿੱਤਾ ਤੁਹਾਡੇ ਕੋਲ ਤੇਜ ਪੱਤਾ ਵੱਡਾ ਹੋਵੇ ਤੇ ਤੁਸੀਂ ਉਹਨੂੰ ਤੋੜ ਕੇ ਪਾ ਲਓ ਬਹੁਤ ਹੀ ਜ਼ਬਰਦਸਤ ਦੀ ਤੇ ਬਹੁਤ ਹੀ ਮਜ਼ੇਦਈ ਕਦੂਦੀ ਸੇ ਆਪਣੀ ਸਬਜ਼ੀ ਬਣੇਗੀ ਚਾਰ ਮਿਰਚਾਂ ਸਬਜ਼ ਸੁਆਦੀਆਂ ਇਹਨਾਂ ਨੂੰ ਚੀਰਾ ਲਾ ਕੇ ਤੁਸੀਂ ਦੇਖ ਲੈਣਾ ਇੱਕ ਤੇ ਇਹਦੇ ਨਾਲ ਫਲੇਵਰ ਅੱਛਾ ਆਂਦਾ ਦੂਸਰੇ ਨੰਬਰ ਤੇ ਕਿ ਕੀੜਾ ਵਗੈਰਾ ਹੋਵੇ ਤਾਂ ਪਤਾ ਚੱਲ ਜਾਂਦਾ ਕਦੀ ਵੀ ਮਿਰਚ ਨੂੰ ਇਸ ਤਰ੍ਹਾਂ ਹੀ ਸਾਬਤ ਨਹੀਂ ਪਾਣਾ ਚਾਹੀਦਾ ਇਹਨਾਂ ਦੇ ਵਿੱਚ ਕੀੜੇ ਹੁੰਦੇ ਆ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲਾਂਗੇ ਮਿਰਚਾਂ ਦਾ ਕਲਰ ਥੋੜਾ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਬਿਲਕੁਲ ਬਰੀਕ ਕੱਟਿਆ ਹੋਇਆ ਪਿਆਜ਼ ਸ਼ਾਮਿਲ ਕਰ ਦਾਂਗੇ ਵੀਡੀਓ ਚੰਗੀ ਲੱਗੀ ਤੇਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵਿਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਜੇ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਇੱਥੇ ਮੈਂ ਦੋ ਟਮਾਟਰ ਕੱਟੇ ਹੋਏ ਪਾਧੀ ਤੇ ਰਫਲੀ ਕੱਟ ਲੋ ਇਹਨਾਂ ਨੂੰ ਕੋਈ ਐਸਾ ਮਸਲਾ ਨਹੀਂ ਇਹਨਾਂ ਨੇ ਗਲ ਜਾਣਾ ਬਹੁਤ ਹੀ ਮਜ਼ੇਦਾਰ ਕਦੂ ਬਣਦੇ ਇਸ ਤਰ੍ਹਾਂ ਕਿ ਜਿਹੜਾ ਕੋਈ ਇੱਕ ਰੋਟੀ ਖਾਂਦਾ ਵਾ ਉਹ ਉਹ ਵੀ ਦੋ ਰੋਟੀਆਂ ਖਾ ਲੈਂਦਾ ਵਾ ਬਹੁਤ ਹੀ ਟੇਸਟੀ ਬਣਦੇ ਆ ਕਿਉਂਕਿ ਲੋਕ ਜ਼ਿਆਦਾਤਰ ਕਦੂ ਇਸੇ ਲਈ ਨਹੀਂ ਖਾਂਦੇ ਕਿ ਇਹਨਾਂ ਦੇ ਵਿੱਚ ਥੋੜਾ ਜਿਹੜਾ ਨਾ ਪੀਕਾ ਬਣ ਰਹਿ ਜਾਂਦਾ ਵਾ ਜਿਸ ਤਰ੍ਹਾਂ ਮਰਜ਼ੀ ਮੇਚਾ ਮਸਾਲੇ ਪਾ ਲਓ ਮਸਾਲੇ ਚ ਧਿਆਨ ਦੇ ਲੇਕਿਨ ਕਦੂ ਵਿੱਚ ਨਹੀਂ ਆਉਂਦੇ ਲੇਕਿਨ ਆਪਾਂ ਜਿਸ ਤਰੀਕੇ ਨਾਲ ਇਹਨਾਂ ਨੂੰ ਮੈਰੀਨੇਟ ਕੀਤਾ ਵਾ ਉਹਦੇ ਨਾਲ ਇਹ ਵਾ ਕਿ ਇਹਨਾਂ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਮਸਾਲੇ ਰਚ ਜਾਂਦੇ ਆ ਅੱਧਾ ਚਮਚ ਕੁਟਿਆ ਹੋਇਆ ਧਨੀਆ ਪਾ ਦਿੱਤਾ ਵਾ ਸੁੱਕਾ ਤੇ ਹੁਣ ਜਿਹੜੇ ਮੈਰੀਨੇਟ ਕਰਕੇ ਕਦੂ ਰੱਖੇ ਸੀ ਇਹਨਾਂ ਨੂੰ ਤਕਰੀਬਨ ਤੇ ਉਹ ਸ਼ਾਮਿਲ ਕਰ ਦਿੱਤੇ ਆ ਦੇਖੋ ਮਾਸ਼ਾਅੱਲਾ ਜ਼ਬਰਦਸਤ ਯਾ ਕਲਰ ਤੇ ਬਹੁਤ ਹੀ ਜ਼ਬਰਦਸਤ ਦੀ ਖੁਸ਼ਬੂ ਆ ਰਹੀ ਹੈ ਤੇ ਇਹਦੇ ਵਿੱਚ ਆਪਾਂ ਆਪਣਾ ਸਿਕਰਟ ਇੰਗਰੀਡੀਅੰਟ ਪਾ ਦਿੱਤਾ ਵਾ ਇਹ ਮੈਂ ਪਾਇਆ ਵਾ ਅੱਧਾ ਚਮਚ ਆਮਚੂਰ ਪਾਊਡਰ ਤੁਹਾਡੇ ਕੋਲ ਕੱਚੀ ਕੇਰੀ ਹੋਵੇ ਤੇ ਤੁਸੀਂ ਉਹ ਵੀ ਕੱਟ ਕੇ ਪਾ ਸਕਦੇ ਹੋ ਇਹਦੇ ਵਿੱਚ ਤੇ ਹੁਣ ਥੋੜੀ ਦੇਰ ਲਈ ਢਾਦਾਂਗੇ ਤਾਂ ਕਿ ਸਾਰੇ ਮਸਾਲੇ ਜਿਹੜੇ ਆ ਉਹ ਆਪਸ ਦੇ ਵਿੱਚ ਅੱਛੇ ਜਿਹਾ ਮਿਕਸ ਹੋ ਜਾਣ ਅੱਛਾ ਜਿਹਾ ਟੇਸਟ ਆ ਜਾਵੇ ਤੇ ਇਹ ਦੇਖੋ ਪਰ ਮੈਂ ਹੁਣ ਸੁੱਕੀ ਤੇ ਮੈਂ ਕਸੂਰੀ ਮੇਥੀ ਤੇ ਧਨੀਆ ਮੈਂ ਸੁਕਾ ਕੇ ਰੱਖਿਆ ਹੋਇਆ ਇਕੱਠਾ ਉਹ ਮੈਂ ਦੇ ਉੱਪਰ ਪਾ ਦਿੱਤਾ ਤੇ ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਫਾਈਨਲ ਲੁੱਕ ਬਹੁਤ ਹੀ ਜ਼ਬਰਦਸਤ ਤੇ ਬਹੁਤ ਹੀ ਟੇਸਟੀ ਖੱਦੂ ਦਾ ਸਾਲਨ ਆਪਣਾ ਤਿਆਰ ਆ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾ ਜੇ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੁਸੀਂ ਇਹਨੂੰ ਤੰਦੂਰ ਦੀ ਰੋਟੀ ਨਾਲ ਵੀ ਖਾ ਸਕਦੇ ਹੋ ਘਰ ਦੀ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਮਜ਼ੇਦਿਲ ਲੱਗਣ ਕਿ ਕद्दू ਖਾਣਾ ਵੈਸੇ ਵੀ ਸੁਨਤ ਹੈ ਨਬੀ ਪਾਕ ਸੱਲੱਲਾਹੁ ਅਲੈਹੁ ਵਸੱਲਮ ਸ਼ੋਰਬੇ ਦੇ ਸਾਲਨ ਦੇ ਵਿੱਚ ਕद्दू ਜਿਹੜੇ ਆ ਲੱਬ ਲੱਬ ਕੇ ਕਦੂਆਂ ਦੇ ਪੀਸ ਖਾਂਦੇ ਹੁੰਦੇ ਸੀ ਕਦੂ ਸ਼ੋਰਬੇ ਵਾਲਾ ਵੀ ਬਹੁਤ ਹੀ ਟੇਸਟੀ ਬੰਦਾ ਚਿਕਨ ਦੇ ਸ਼ੋਰਬੇ ਨਾਲੋਂ ਜ਼ਿਆਦਾ ਅੱਛਾ ਬੰਦਾ ਇਨਸ਼ਾ ਅੱਲਾਹ ਤਾਲਾ ਉਹਦੀ ਵੀ ਰੈਸਿਪੀ ਤੁਹਾਨੂੰ ਦਵਾਂਗੇ ਤੇ ਨੂੰ ਆਪਾਂ ਸਰਵ ਕਰਕੇ ਤੇ ਇਹਦੇ ਉੱਪਰ ਪਾ ਦਾਂਗੇ ਇੱਕ ਚਮਚ ਦੇਸੀ ਘੀ ਦਾ ਜਿਹਦੇ ਨਾਲ ਹੋਰ ਵੀ ਵਧੀਆ ਟੇਸਟ ਆਏਗਾ ਬਹੁਤ ਹੀ ਮਜ਼ੇਦਈ ਲੱਗਣਗੇ ਇੱਕ ਤੇ ਖੁਸ਼ਬੂ ਵੈਸੇ ਹੀ ਬੜੀ ਜ਼ਬਰਦਸਤ ਆ ਰਹੀ ਹੈ ਸਾਲਨ ਦੀ ਤੇ ਦੇਸੀ ghee ਪਾ ਕੇ ਹੋਰ ਜ਼ਿਆਦਾ ਟੇਸ ਜਿਹੜਾ ਵਾ ਉਹ ਅੱਛਾ ਹੋ ਗਿਆ ਮਾਸ਼ਾਅੱਲਾ ਦੇਖੋ ਜ਼ਬਰਦਸਤ ਬਹੁਤ ਹੀ ਮਜ਼ੇਦਾ ਸਾਲਨ ਤਿਆਰ ਹੋ ਗਿਆ ਤੁਹਾਨੂੰ ਰਿਕਵੈਸਟ ਹੈ ਕਿ ਚੈਨਲ ਦਾ ਵਿਜ਼ਿਟ ਕਰੋ ਤੇ ਤੁਹਾਨੂੰ ਜੇ ਕੋਈ ਕਮੀ ਵਗੈਰਾ ਨਜ਼ਰ ਆਵੇ ਚੈਨਲ ਦੇ ਵਿੱਚ ਤੇ ਜ਼ਰੂਰ ਮੈਨੂੰ ਕਮੈਂਟ ਬਾਕਸ ਵਿੱਚ ਦੱਸਿਆ ਜੇ ਮਿਲਦੇ ਆਂ ਨੈਕਸਟ ਵੀਡੀਓ 'ਚ ਉਦੋਂ ਤੱਕ ਲਈ ਅੱਲਾਹ ਹਾਫਿਜ਼